ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਨੈਕਸਟ ਪੰਜਾਬ ਤੇ ਮੈਂ ਪਰਮਦੀ ਪ੍ਰਾਣਾ ਚਾਂਦਪੁਰਾ ਬੰਨ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਵੱਡਾ ਸੰਕਟ ਜਿਹੜਾ ਪੰਜਾਬ ਦੇ ਉੱਪਰ ਬਣਿਆ ਹੋਇਆ ਸੀ ਉਹ ਪੰਜਾਬ ਦੇ ਅੰਦਰ ਪਾਣੀ ਐਂਟਰ ਕਰ ਚੁੱਕਿਆ ਤੇ ਵੱਡਾ ਨੁਕਸਾਨ ਪੰਜਾਬ ਦੇ ਪਿੰਡਾਂ ਦਾ ਮਾਨਸਾ ਦੇ ਪਿੰਡਾਂ ਦਾ ਹੋਣਾ ਸ਼ੁਰੂ ਹੋ ਗਿਆ ਤਸਵੀਰ ਤੁਸੀਂ ਇੱਕ ਵਾਰ ਦੇਖੋਗੇ ਤਾਂ ਲਗਾਤਾਰ 4 ਦਿਨਾਂ ਤੋਂ ਪਿੰਡ ਵਾਲੇ ਆਪਣੇ ਲੈਵਲ ਦੇ ਉੱਪਰ ਬੰਨ ਲਗਾ ਕੇ ਕੋਸ਼ਿਸ਼ ਕਰ ਰਹੇ ਸੀ ਪਰ ਹੁਣ ਜਿਹੜੀ ਉਹ ਕੋਸ਼ਿਸ਼ ਸੀ ਉਹ ਸਫਲ ਹੋ ਗਈ ਤੇ ਪਾਣੀ ਦਾ ਖੱਗਰ ਦਾ ਜਿਹੜਾ ਵਹਾਅ ਤੇਜ਼ ਹੋਣ ਦੇ ਕਾਰਨ ਉਹ ਬੰਨ ਟੁੱਟ ਗਿਆ ਤੇ ਪੰਜਾਬ ਦੇ ਪਿੰਡਾਂ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਮਾਨਸਾ ਦੇ ਪਿੰਡਾਂ ਦਾ ਨੁਕਸਾਨ ਸ਼ੁਰੂ ਹੋ ਗਿਆ ਕਿਉਂਕਿ ਬੜੇ ਚਾਵਾਂ ਦੇ ਨਾਲ ਫਸਲਾਂ ਬੀਜੀਆਂ ਸੀ ਅੱਜ ਉਹਨਾਂ ਫਸਲਾਂ ਦਾ ਉਹਨਾਂ ਘਰਾਂ ਦਾ ਨੁਕਸਾਨ ਹੋਣ ਲੱਗ ਗਿਆ ਕਿਉਂਕਿ 93 ਦੀ ਗੱਲ ਕਰਦੇ ਹਾਂ ਤਾਂ 93 ਦੇ ਵਿੱਚ ਵੀ ਇਹੀ ਹਾਲਾਤ ਬਣੇ ਸੀ ਕਿ 100 ਦੇ ਕਰੀਬ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਸੀ ਇਸ ਪਾਣੀ ਕਰਕੇ ਤਾਂ ਦੇਖ ਸਕਦੇ ਹੋ ਬੰਨ ਜਿਹੜੇ ਆ ਉਹ ਮਿੱਟੀ ਦੇ ਗੱਟੇ ਲਗਾਤਾਰ ਲਗਾਏ ਜਾ ਰਹੇ ਆ ਪਰ ਇਹ ਨਹੀਂ ਪਤਾ ਵੀ ਪਾਣੀ ਕਿੱਥੋਂ ਜਿਹੜਾ ਮਿੱਟੀ ਨੂੰ ਪਾੜ ਕੇ ਲੰਘ ਜੇ ਇਹ ਖਾਸ਼ਾ ਜਤਾਇਆ ਜਾ ਰਿਹਾ ਵੀ ਕਿਤੋਂ ਵੀ ਜਿਹੜਾ ਮਿੱਟੀ نیچے ਖਿਸਕ ਸਕਦੀ ਹੈ ਤੇ ਇਸ ਕਰਕੇ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜਾ ਲੋਕਾਂ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂਕਿ ਜੇ ਲੋਕ ਅੱਗੇ ਜਾਣਗੇ ਤਾਂ ਕੋਈ ਘਟਨਾ ਜਿਹੜੀ ਆ ਵਾਪਰ ਸਕਦੀ ਹੈ ਕਿਉਂਕਿ ਪਿੰਡ ਵਾਲੇ ਤਿੰਨ ਦਿਨਾਂ ਤੋਂ ਲਗਾਤਾਰ ਕੋਸ਼ਿਸ਼ ਕਰ ਰਹੇ ਸੀ ਕਿ ਇਸ ਪਾਣੀ ਨੂੰ ਰੋਕਿਆ ਜਾ ਸਕੇ ਇਸ ਪਾਣੀ ਦੇ ਵਹਾਰ ਨੂੰ ਰੋਕਿਆ ਜਾ ਸਕੀ ਤੇ ਪੰਜਾਬ ਦੇ ਵਿੱਚ ਐਂਟਰੀ ਇਹ ਪਾਣੀ ਨਾ ਕਰ ਸਕੇ ਪਰ ਉਹ ਜਿਹੜੀ ਕੋਸ਼ਿਸ਼ ਸੀ ਉਹ ਸਫਲ ਹੋਈ ਤੇ ਉਹ ਗੱਟੇ ਜਿਹੜੇ ਲਗਾਏ ਗਏ ਸੀ ਮਿੱਟੀ ਦੇ ਉਹ ਖਿਸਕੇ ਤੇ ਉਸ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਵਿੱਚ ਪਾਣੀ ਐਂਟਰ ਹੋ ਗਿਆ ਤੇ ਮਾਨਸਾ ਦੇ ਪਿੰਡਾਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ ਪਰ ਲੋਕ ਹਲੇ ਵੀ ਇਹੀ ਕੋਸ਼ਿਸ਼ ਕਰ ਰਹੇ ਆ ਵੀ ਕਿਸੇ ਤਰੀਕੇ ਦੇ ਨਾਲ ਇਸ ਫਲੋ ਨੂੰ ਰੋਕਿਆ ਜਾਵੇ ਇਸ ਪਾਣੀ ਨੂੰ ਰੋਕਿਆ ਜਾਵੇ ਤਾਂ ਜੋ ਕੋਈ ਹੱਲ ਨਿਕਲ ਸਕੇ ਤੇ ਜਿੰਨੇ ਕ ਪਿੰਡਾਂ ਤੱਕ ਪਾਣੀ ਪਹੁੰਚਿਆ ਉਸ ਤੋਂ ਅੱਗੇ ਇਹ ਪਾਣੀ ਨਾ ਪਹੁੰਚ ਸਕੇ ਤਾਂ ਲਗਾਤਾਰ ਤਸਵੀਰ ਜਿਹੜੀ ਆ ਚਾਂਦਪੁਰਾ ਤੋਂ ਤੁਹਾਨੂੰ ਦਿਖਾ ਰਹੇ ਆ ਇਹ ਇਧਰਲੇ ਪਾਸੇ ਹਰਿਆਣੇ ਦੇ ਪਿੰਡ ਨੇ ਤਾਂ ਦੂਸਰੇ ਪਾਸੇ ਪੰਜਾਬ ਦੇ ਪਿੰਡ ਨੇ ਪਾਣੀ ਦਾ ਲੈਵਲ ਦੇਖ ਸਕਦੇ ਹੋ ਦਰਖਤ ਵੀ ਡੁੱਬ ਗਏ ਦਾ 10 ਫੁੱਟ ਦਾ ਪਾਣੀ ਅੱਜ ਤਵਾਈ ਕਰਨ ਜਾ ਰਹੇ ਆ ਮਾਨਸਾ ਦੇ ਪਿੰਡਾਂ ਦੇ ਵਿੱਚ ਤੇ ਇਹ ਕੁਦਰਤ ਦਾ ਕਹਿਰ ਜਿੱਥੇ ਲਗਾਤਾਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਸੰਕਟ ਬਣਿਆ ਰਹਾ ਸੀ ਤਾਂ ਹੁਣ ਮਾਨਸਾ ਦੀ ਹੱਦ ਤੋਂ ਐਂਟਰੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਇਹ ਸੰਕਟ ਜਿਹੜਾ ਖਤਰਾ ਹੈ ਉਹ ਮਾਨਸਾ ਦੇ ਵਿੱਚ ਐਂਟਰ ਕਰ ਚੁੱਕਿਆ ਹੈ ਮਾਨਸਾ ਦੇ ਪਿੰਡਾਂ ਦੇ ਵਿੱਚ ਇਹ ਪਾਣੀ ਜਾਣਾ ਸ਼ੁਰੂ ਹੋ ਗਿਆ ਇੱਕ ਪਾਸੇ ਹਰਿਆਣਾ ਤੇ ਦੂਜੇ ਪਾਸੇ ਪੰਜਾਬ ਦੋਨੇ ਪਾਸੇ ਨੁਕਸਾਨ ਸਾਫ਼ ਨਜ਼ਰ ਆਉਂਦਾ ਹੈ ਇਹ ਮਿੱਟੀ ਦੇ ਗੱਟੇ ਲੋਕਾਂ ਨੇ ਤਿਆਰ ਕੀਤੇ ਪਰ ਇਸ ਦਾ ਕੋਈ ਫਾਇਦਾ ਨਜ਼ਰ ਨਹੀਂ ਆਇਆ ਕਿਉਂਕਿ 50 ਫੁੱਟ ਚੌੜਾ ਪਾੜ ਤੇ 40 ਫੁੱਟ ਡੂੰਘਾ ਪਾੜ ਜਿਹੜਾ ਬੰਨ੍ਹ ਦੇ ਉੱਪਰ ਪਾਇਆ ਜਾਂਦਾ ਤੇ ਆ ਪਾਣੀ ਬੜੇ ਫਲੋ ਦੇ ਨਾਲ ਪੰਜਾਬ ਦੇ ਵਿੱਚ ਐਂਟਰ ਕਰਦਾ ਤਾਂ ਤਸਵੀਰ ਤੁਹਾਡੇ ਸਾਹਮਣੇ ਹੈ ਕਿ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਐਂਟਰ ਕਰਿਆ ਮਾਨਸਾ ਦੇ ਪਿੰਡਾਂ ਦਾ ਨੁਕਸਾਨ ਜਿਹੜਾ ਹੁਣ ਸ਼ੁਰੂ ਹੋ ਗਿਆ ਕਿਉਂਕਿ ਬੜੇ ਚਾਵਾਂ ਦੇ ਨਾਲ ਜਿਹੜੀ ਹੈ ਫਸਲ ਇੱਥੇ ਬੀਜੀ ਗਈ ਸੀ ਤੇ ਘਰਾਂ ਦੇ ਵਿੱਚ ਇਹ ਸੁਪਨੇ ਸੀ ਕਿ ਇਹ ਆਫਤ ਸ਼ਾਇਦ ਸਾਡੇ ਘਰਾਂ ਤੱਕ ਨਾ ਆਵੇ ਪਰ ਪੰਜਾਬ ਦੇ ਪਿੰਡਾਂ ਦੇ ਵਿੱਚ ਐਂਟਰੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਇੱਕ ਪਾਸੇ ਹਰਿਆਣੇ ਦਾ ਕੱਗਰ ਦਾ ਜਿਹੜਾ ਫਲੋ ਦੇਖ ਸਕਦੇ ਹੋ ਦੂਸਰੇ ਪਾਸੇ ਉਹ ਮਿੱਟੀ ਨੂੰ ਪਾੜ ਕੇ ਲੰਘਦਾ ਹੋਇਆ ਬੰਨ ਨੂੰ ਪਾੜ ਕੇ ਪੰਜਾਬ ਦੇ ਵਿੱਚ ਐਂਟਰ ਕਰ ਗਿਆ ਪੰਜਾਬ ਦੇ ਪਿੰਡਾਂ ਦੇ ਵਿੱਚ ਐਂਟਰ ਕਰ ਗਿਆ ਮਾਨਸਾ ਦੇ ਪਿੰਡਾਂ ਦੇ ਵਿੱਚ ਐਂਟਰ ਕਰ ਗਿਆ ਤੇ ਹੁਣ 100 ਦੇ ਕਰੀਬ ਦਾ ਜਿਹੜਾ ਖਾਸਾ ਜਿਤਾਇਆ ਜਾ ਰਿਹਾ ਵੀ 100 ਪਿੰਡਾਂ ਦੇ ਵਿੱਚ ਇਸ ਦਾ ਨੁਕਸਾਨ ਹੋਣਾ ਤੇ ਨੁਕਸਾਨ ਇੰਨਾ ਭਾਰੀ ਹੋਣਾ ਕਿਉਂਕਿ ਲੋਕਾਂ ਨੇ ਜੋ ਸੋਚਿਆ ਸੀ ਉਹ ਜਿਹੜਾ ਆ ਦੇਖ ਲਓ ਤੁਸੀਂ ਤਸਵੀਰ ਪੁਲਿਸ ਮੁਲਾਜ਼ਮ ਪਿੱਛੇ ਕਿਉਂ ਰੋਕ ਰਹੇ ਨੇ ਕਿਉਂਕਿ ਕੋਈ ਵੀ ਘਟਨਾ ਜਿਹੜੀ ਅੱਗੇ ਵਾਪਰ ਸਕਦੀ ਹੈ ਮਿੱਟੀ ਦੀਆਂ ਢਿੱਗਾਂ ਜਿਹੜੀਆਂ ਪਾਣੀ ਦੇ ਵਿੱਚ ਡਿੱਗਣੀਆਂ ਸ਼ੁਰੂ ਹੋ ਗਈਆਂ ਨੇ ਘੱਗਰ ਦੇ ਵਿੱਚ ਡਿੱਗਣੀਆਂ ਸ਼ੁਰੂ ਹੋ ਗਈਆਂ ਨੇ ਤੇ ਪਿੰਡ ਵਾਲਿਆਂ ਵੱਲੋਂ ਆਪ ਮਹਾਰੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਸੀ ਉਹ ਵੀ ਬੰਦ ਕਰ ਦਿੱਤੇ ਗਏ ਨੇ ਹੁਣ ਰੱਬ ਆਸਰੇ ਛੱਡ ਦਿੱਤਾ ਕਿ ਹੁਣ ਨੁਕਸਾਨ ਹੁਣ ਤਾਂ ਕਿੰਨਾ ਹੋਣਾ ਹੈ ਕਦੋਂ ਤੱਕ ਇਹ ਫਲੋ ਜਿਹੜਾ ਇਸੇ ਤਰੀਕੇ ਦੇ ਨਾਲ ਵਧਦਾ ਗਿਆ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਪਾਣੀ ਪਹੁੰਚ ਜਾਣਾ ਹੈ ਮਾਨਸਾ ਦੇ ਬਹੁਤ ਸਾਰੇ ਪਿੰਡਾਂ ਤੱਕ ਇਹ ਨੁਕਸਾਨ ਪਹੁੰਚ ਜਾਣਾ ਹੈ ਫਸਲਾਂ ਬੀਜੀਆਂ ਹੋਈਆਂ ਸਭ ਤਬਾਹ ਹੋ ਗਈਆਂ ਜਿੱਥੋਂ ਤੱਕ ਨਜ਼ਰ ਆ ਰਹੀ ਹੈ ਪਾਣੀ ਬਹੁਤ ਜ਼ਿਆਦਾ ਜਿਹੜਾ ਪੰਜਾਬ ਦੇ ਵਿੱਚ ਐਂਟਰ ਕਰ ਗਿਆ ਕਿਉਂਕਿ ਉਹ ਬੰਨ ਜਿਹੜਾ ਲਗਾਇਆ ਸੀ ਉਹ ਟੁੱਟ ਚੁੱਕਿਆ ਤਾਂ ਦੂਸਰੇ ਪਾਸੇ ਸਾਹਮਣੇ ਦੇਖ ਸਕਦੇ ਹੋ ਮੁਲਾਜ਼ਮ ਵੀ ਹੁਣ ਪਿੱਛੇ ਆਉਣੇ ਸ਼ੁਰੂ ਹੋ ਗਏ ਕਿਉਂਕਿ ਪਾਣੀ ਦਾ ਪਤਾ ਨਹੀਂ ਕਿਧਰੋਂ ਮਿੱਟੀ ਨੂੰ ਖਿਸਕਾ ਕੇ ਜਿਹੜਾ ਕ੍ਰਾਸ ਕਰ ਜਾਵੇ ਪੰਜਾਬ ਦੇ ਵਿੱਚ ਤਾਂ ਇਹ ਜਿਹੜਾ ਖਤਰਾਗਾ ਉਹ ਲਗਾਤਾਰ ਬਣਿਆ ਹੋਇਆ ਵੀ ਪਾਣੀ ਕਿਤੋਂ ਵੀ ਖਿਸਕ ਸਕਦਾ ਜਿੱਥੇ ਅਸੀਂ ਖੜੇ ਆ ਇੱਥੋਂ ਵੀ ਪਾਣੀ ਜਿਹੜਾ ਉਹ ਲੰਘ ਸਕਦਾ ਕਿਉਂਕਿ ਮਿੱਟੀ ਦੇ ਵਿੱਚੋਂ ਰਸਤਾ ਬਣਾ ਕੇ ਕੱਗਰ ਪੰਜਾਬ ਦੇ ਵਿੱਚ ਐਂਟਰ ਕਰ ਚੁੱਕਿਆ ਤੇ ਤਬਾਹੀ ਕਰਨੀ ਜਿਹੜੀ ਆ ਸ਼ੁਰੂ ਕਰ ਦਿੱਤੀ ਆ ਹੁਣ ਦੇਖਣਾ ਇਹ ਆ ਵੀ ਕਦੋਂ ਸਰਕਾਰ ਅਪੀਲ ਸੁਣਦੀ ਆ ਕਦੋਂ ਸਰਕਾਰ ਇੱਥੇ ਟੀਮਾਂ ਭੇਜਦੀ ਆ ਐਨਡੀਆਰਐਫ ਟੀਮਾਂ ਦੀ ਭੇਜਣ ਦੀ ਜਿਹੜੀ ਮੰਗ ਪਿੰਡ ਵਾਲੇ ਕਰ ਰਹੇ ਨੇ ਤੇ ਕਦੋਂ ਟੀਮਾਂ ਆਉਂਦੀਆਂ ਨੇ ਕਦੋਂ ਇਹਨਾਂ ਲੋਕਾਂ ਦੀ ਹੱਲ ਹੁੰਦੇ ਨੇ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਉਸ ਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਜਾਂਦਾ ਤੇ ਅਗਲੇ ਪਿੰਡਾਂ ਦਾ ਬਚਾਅ ਹੋ ਸਕੇ ਕੈਮਰਾਮੈਨ ਮਨੀਸ਼ ਦੇ ਨਾਲ ਪਰਮਦੀ ਪ੍ਰਾਣਾ ਨੈਕਸਟ ਪੰਜਾਬ ਮਾਨਸਾ ਅਸੱਛਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਨੈਕਸਟ ਪੰਜਾਬ ਤੇ ਮੈਂ ਪਰਮਦੀ ਪ੍ਰਾਣਾ ਚਾਂਦਪੁਰਾ ਬੰਨ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਵੱਡਾ ਸੰਕਟ ਜਿਹੜਾ ਪੰਜਾਬ ਦੇ ਉੱਪਰ ਬਣਿਆ ਹੋਇਆ ਸੀ ਉਹ ਪੰਜਾਬ ਦੇ ਅੰਦਰ ਪਾਣੀ ਐਂਟਰ ਕਰ ਚੁੱਕਿਆ ਤੇ ਵੱਡਾ ਨੁਕਸਾਨ ਪੰਜਾਬ ਦੇ ਪਿੰਡਾਂ ਦਾ ਮਾਨਸਾ ਦੇ ਪਿੰਡਾਂ ਦਾ ਹੋਣਾ ਸ਼ੁਰੂ ਹੋ ਗਿਆ ਤਸਵੀਰ ਤੁਸੀਂ ਇੱਕ ਵਾਰ ਦੇਖੋਗੇ ਤਾਂ ਲਗਾਤਾਰ 4 ਦਿ ਪਿੰਡ ਵਾਲੇ ਆਪਣੇ ਲੈਵਲ ਦੇ ਉੱਪਰ ਬੰਨ ਲਗਾ ਕੇ ਕੋਸ਼ਿਸ਼ ਕਰ ਰਹੇ ਸੀ ਪਰ ਹੁਣ ਜਿਹੜੀ ਉਹ ਕੋਸ਼ਿਸ਼ ਸੀ ਉਹ ਸਫਲ ਹੋ ਗਈ ਤੇ ਪਾਣੀ ਦਾ ਖੱਗਰ ਦਾ ਜਿਹੜਾ ਵਹਾਅ ਤੇਜ਼ ਹੋਣ ਦੇ ਕਾਰਨ ਉਹ ਬੰਨ ਟੁੱਟ ਗਿਆ ਤੇ ਪੰਜਾਬ ਦੇ ਪਿੰਡਾਂ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਮਾਨਸਾ ਦੇ ਪਿੰਡਾਂ ਦਾ ਨੁਕਸਾਨ ਸ਼ੁਰੂ ਹੋ ਗਿਆ ਕਿਉਂਕਿ ਬੜੇ ਚਾਵਾਂ ਦੇ ਨਾਲ ਫਸਲਾਂ ਬੀਜੀਆਂ ਸੀ ਅੱਜ ਉਹਨਾਂ ਫਸਲਾਂ ਦਾ ਉਹਨਾਂ ਘਰਾਂ ਦਾ ਨੁਕਸਾਨ ਹੋਣ ਲੱਗ ਗਿਆ ਕਿਉਂਕਿ 93 ਦੀ ਗੱਲ ਕਰਦੇ ਹਾਂ ਤਾਂ 93 ਦੇ ਵਿੱਚ ਵੀ ਇਹੀ ਹਾਲਾਤ ਬਣੇ ਸੀ ਕਿ 100 ਦੇ ਕਰੀਬ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਸੀ ਇਸ ਪਾਣੀ ਕਰਕੇ ਤਾਂ ਦੇਖ ਸਕਦੇ ਹੋ ਬੰਨ ਜਿਹੜੇ ਆ ਉਹ ਮਿੱਟੀ ਦੇ ਗੱਟੇ ਲਗਾਤਾਰ ਲਗਾਏ ਜਾ ਰਹੇ ਆ ਪਰ ਇਹ ਨਹੀਂ ਪਤਾ ਵੀ ਪਾਣੀ ਕਿੱਥੋਂ ਜਿਹੜਾ ਮਿੱਟੀ ਨੂੰ ਪਾੜ ਕੇ ਲੰਘ ਜੇ ਇਹ ਖਾਛਾ ਜਿਤਾਇਆ ਜਾ ਰਿਹਾ ਵੀ ਕਿਤੋਂ ਵੀ ਜਿਹੜਾ ਮਿੱਟੀ نیچے ਖਿਸਕ ਸਕਦੀ ਹੈ ਤੇ ਇਸ ਕਰਕੇ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜਾ ਲੋਕਾਂ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂਕਿ ਜੇ ਲੋਕ ਅੱਗੇ ਜਾਣਗੇ ਤਾਂ ਕੋਈ ਘਟਨਾ ਜਿਹੜੀ ਆ ਵਾਪਰ ਸਕਦੀ ਹੈ ਕਿਉਂਕਿ ਪਿੰਡ ਵਾਲੇ ਤਿੰਨ ਦਿਨਾਂ ਤੋਂ ਲਗਾਤਾਰ ਕੋਸ਼ਿਸ਼ ਕਰ ਰਹੇ ਸੀ ਕਿ ਇਸ ਪਾਣੀ ਨੂੰ ਰੋਕਿਆ ਜਾ ਸਕੇ ਇਸ ਪਾਣੀ ਦੇ ਵਹਾਰ ਨੂੰ ਰੋਕਿਆ ਜਾ ਸਕੀ ਤੇ ਪੰਜਾਬ ਦੇ ਵਿੱਚ ਐਂਟਰੀ ਇਹ ਪਾਣੀ ਨਾ ਕਰ ਸਕੇ ਪਰ ਉਹ ਜਿਹੜੀ ਕੋਸ਼ਿਸ਼ ਸੀ ਉਹ ਸਫਲ ਹੋਈ ਤੇ ਉਹ ਗੱਟੇ ਜਿਹੜੇ ਲਗਾਏ ਗਏ ਸੀ ਮਿੱਟੀ ਦੇ ਉਹ ਖਿਸਕੇ ਤੇ ਉਸ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਵਿੱਚ ਪਾਣੀ ਐਂਟਰ ਹੋ ਗਿਆ ਤੇ ਮਾਨਸਾ ਦੇ ਪਿੰਡਾਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ ਪਰ ਲੋਕ ਹਲੇ ਵੀ ਇਹੀ ਕੋਸ਼ਿਸ਼ ਕਰ ਰਹੇ ਆ ਵੀ ਕਿਸੇ ਤਰੀਕੇ ਦੇ ਨਾਲ ਇਸ ਫਲੋ ਨੂੰ ਰੋਕਿਆ ਜਾਵੇ ਇਸ ਪਾਣੀ ਨੂੰ ਰੋਕਿਆ ਜਾਵੇ ਤਾਂ ਜੋ ਕੋਈ ਹੱਲ ਨਿਕਲ ਸਕੇ ਤੇ ਜਿੰਨੇ ਕ ਪਿੰਡਾਂ ਤੱਕ ਪਾਣੀ ਪਹੁੰਚਿਆ ਉਸ ਤੋਂ ਅੱਗੇ ਇਹ ਪਾਣੀ ਨਾ ਪਹੁੰਚ ਸਕੇ ਤਾਂ ਲਗਾਤਾਰ ਤਸਵੀਰ ਜਿਹੜੀ ਆ ਚਾਂਦਪੁਰਾ ਤੋਂ ਤੁਹਾਨੂੰ ਦਿਖਾ ਰਹੇ ਆ ਇਹ ਇਧਰਲੇ ਪਾਸੇ ਹਰਿਆਣੇ ਦੇ ਪਿੰਡ ਨੇ ਤਾਂ ਦੂਸਰੇ ਪਾਸੇ ਪੰਜਾਬ ਦੇ ਪਿੰਡ ਨੇ ਪਾਣੀ ਦਾ ਲੈਵਲ ਦੇਖ ਸਕਦੇ ਹੋ ਦਰਖਤ ਵੀ ਡੁੱਬ ਗਏ ਦਾ 10 ਫੁੱਟ ਦਾ ਪਾਣੀ ਅੱਜ ਤਵਾਈ ਕਰਨ ਜਾ ਰਹੇ ਆ ਮਾਨਸਾ ਦੇ ਪਿੰਡਾਂ ਦੇ ਵਿੱਚ ਤੇ ਇਹ ਕੁਦਰਤ ਦਾ ਕਹਿਰ ਜਿੱਥੇ ਲਗਾਤਾਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਸੰਕਟ ਬਣਿਆ ਰਹਾ ਸੀ ਤਾਂ ਹੁਣ ਮਾਨਸਾ ਦੀ ਹੱਦ ਤੋਂ ਐਂਟਰੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਇਹ ਸੰਕਟ ਜਿਹੜਾ ਖਤਰਾ ਹੈ ਉਹ ਮਾਨਸਾ ਦੇ ਵਿੱਚ ਐਂਟਰ ਕਰ ਚੁੱਕਿਆ ਹੈ ਮਾਨਸਾ ਦੇ ਪਿੰਡਾਂ ਦੇ ਵਿੱਚ ਇਹ ਪਾਣੀ ਜਾਣਾ ਸ਼ੁਰੂ ਹੋ ਗਿਆ ਇੱਕ ਪਾਸੇ ਹਰਿਆਣਾ ਤੇ ਦੂਜੇ ਪਾਸੇ ਪੰਜਾਬ ਦੋਨੇ ਪਾਸੇ ਨੁਕਸਾਨ ਸਾਫ਼ ਨਜ਼ਰ ਆਉਂਦਾ ਹੈ ਇਹ ਮਿੱਟੀ ਦੇ ਗੱਟੇ ਲੋਕਾਂ ਨੇ ਤਿਆਰ ਕੀਤੇ ਪਰ ਇਸ ਦਾ ਕੋਈ ਫਾਇਦਾ ਨਜ਼ਰ ਨਹੀਂ ਆਇਆ ਕਿਉਂਕਿ 50 ਫੁੱਟ ਚੌੜਾ ਪਾੜ ਤੇ 40 ਫੁੱਟ ਡੂੰਘਾ ਪਾੜ ਜਿਹੜਾ ਬੰਨ੍ਹ ਦੇ ਉੱਪਰ ਪਾਇਆ ਜਾਂਦਾ ਤੇ ਆ ਪਾਣੀ ਬੜੇ ਫਲੋ ਦੇ ਨਾਲ ਪੰਜਾਬ ਦੇ ਵਿੱਚ ਐਂਟਰ ਕਰਦਾ ਤਾਂ ਤਸਵੀਰ ਤੁਹਾਡੇ ਸਾਹਮਣੇ ਹੈ ਕਿ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਐਂਟਰ ਕਰਿਆ ਮਾਨਸਾ ਦੇ ਪਿੰਡਾਂ ਦਾ ਨੁਕਸਾਨ ਜਿਹੜਾ ਹੁਣ ਸ਼ੁਰੂ ਹੋ ਗਿਆ ਕਿਉਂਕਿ ਬੜੇ ਚਾਵਾਂ ਦੇ ਨਾਲ ਜਿਹੜੀ ਹੈ ਫਸਲ ਇੱਥੇ ਬੀਜੀ ਗਈ ਸੀ ਤੇ ਘਰਾਂ ਦੇ ਵਿੱਚ ਇਹ ਸੁਪਨੇ ਸੀ ਕਿ ਇਹ ਆਫਤ ਸ਼ਾਇਦ ਸਾਡੇ ਘਰਾਂ ਤੱਕ ਨਾ ਆਵੇ ਪਰ ਪੰਜਾਬ ਦੇ ਪਿੰਡਾਂ ਦੇ ਵਿੱਚ ਐਂਟਰੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਇੱਕ ਪਾਸੇ ਹਰਿਆਣੇ ਦਾ ਕੱਗਰ ਦਾ ਜਿਹੜਾ ਫਲੋ ਦੇਖ ਸਕਦੇ ਹੋ ਦੂਸਰੇ ਪਾਸੇ ਉਹ ਮਿੱਟੀ ਨੂੰ ਪਾੜ ਕੇ ਲੰਘਦਾ ਹੋਇਆ ਬੰਨ ਨੂੰ ਪਾੜ ਕੇ ਪੰਜਾਬ ਦੇ ਵਿੱਚ ਐਂਟਰ ਕਰ ਗਿਆ ਪੰਜਾਬ ਦੇ ਪਿੰਡਾਂ ਦੇ ਵਿੱਚ ਐਂਟਰ ਕਰ ਗਿਆ ਮਾਨਸਾ ਦੇ ਪਿੰਡਾਂ ਦੇ ਵਿੱਚ ਐਂਟਰ ਕਰ ਗਿਆ ਤੇ ਹੁਣ 100 ਦੇ ਕਰੀਬ ਦਾ ਜਿਹੜਾ ਖਾਸਾ ਜਿਤਾਇਆ ਜਾ ਰਿਹਾ ਵੀ 100 ਪਿੰਡਾਂ ਦੇ ਵਿੱਚ ਇਸ ਦਾ ਨੁਕਸਾਨ ਹੋਣਾ ਤੇ ਨੁਕਸਾਨ ਇੰਨਾ ਭਾਰੀ ਹੋਣਾ ਕਿਉਂਕਿ ਲੋਕਾਂ ਨੇ ਜੋ ਸੋਚਿਆ ਸੀ ਉਹ ਜਿਹੜਾ ਆ ਦੇਖ ਲਓ ਤੁਸੀਂ ਤਸਵੀਰ ਪੁਲਿਸ ਮੁਲਾਜ਼ਮ ਪਿੱਛੇ ਕਿਉਂ ਰੋਕ ਰਹੇ ਨੇ ਕਿਉਂਕਿ ਕੋਈ ਵੀ ਘਟਨਾ ਜਿਹੜੀ ਅੱਗੇ ਵਾਪਰ ਸਕਦੀ ਹੈ ਮਿੱਟੀ ਦੀਆਂ ਢਿੱਗਾਂ ਜਿਹੜੀਆਂ ਪਾਣੀ ਦੇ ਵਿੱਚ ਡਿੱਗਣੀਆਂ ਸ਼ੁਰੂ ਹੋ ਗਈਆਂ ਨੇ ਘੱਗਰ ਦੇ ਵਿੱਚ ਡਿੱਗਣੀਆਂ ਸ਼ੁਰੂ ਹੋ ਗਈਆਂ ਨੇ ਤੇ ਪਿੰਡ ਵਾਲਿਆਂ ਵੱਲੋਂ ਆਪ ਮਹਾਰੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਸੀ ਉਹ ਵੀ ਬੰਦ ਕਰ ਦਿੱਤੇ ਗਏ ਨੇ ਹੁਣ ਰੱਬ ਆਸਰੇ ਛੱਡ ਦਿੱਤਾ ਕਿ ਹੁਣ ਨੁਕਸਾਨ ਹੁਣ ਤਾਂ ਕਿੰਨਾ ਹੋਣਾ ਹੈ ਕਦੋਂ ਤੱਕ ਇਹ ਫਲੋ ਜਿਹੜਾ ਇਸੇ ਤਰੀਕੇ ਦੇ ਨਾਲ ਵਧਦਾ ਗਿਆ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਪਾਣੀ ਪਹੁੰਚ ਜਾਣਾ ਹੈ ਮਾਨਸਾ ਦੇ ਬਹੁਤ ਸਾਰੇ ਪਿੰਡਾਂ ਤੱਕ ਇਹ ਨੁਕਸਾਨ ਪਹੁੰਚ ਜਾਣਾ ਹੈ ਫਸਲਾਂ ਬੀਜੀਆਂ ਹੋਈਆਂ ਸਭ ਤਬਾਹ ਹੋ ਗਈਆਂ ਜਿੱਥੋਂ ਤੱਕ ਨਜ਼ਰ ਜਾ ਰਹੀ ਹੈ ਪਾਣੀ ਬਹੁਤ ਜ਼ਿਆਦਾ ਜਿਹੜਾ ਪੰਜਾਬ ਦੇ ਵਿੱਚ ਐਂਟਰ ਕਰ ਗਿਆ ਕਿਉਂਕਿ ਉਹ ਬੰਨ ਜਿਹੜਾ ਲਗਾਇਆ ਸੀ ਉਹ ਟੁੱਟ ਚੁੱਕਿਆ ਤਾਂ ਦੂਸਰੇ ਪਾਸੇ ਸਾਹਮਣੇ ਦੇਖ ਸਕਦੇ ਹੋ ਮੁਲਾਜ਼ਮ ਵੀ ਹੁਣ ਪਿੱਛੇ ਆਉਣੇ ਸ਼ੁਰੂ ਹੋ ਗਏ ਕਿਉਂਕਿ ਪਾਣੀ ਦਾ ਪਤਾ ਨਹੀਂ ਕਿਧਰੋਂ ਮਿੱਟੀ ਨੂੰ ਖਿਸਕਾ ਕੇ ਜਿਹੜਾ ਕ੍ਰਾਸ ਕਰ ਜਾਵੇ ਪੰਜਾਬ ਦੇ ਵਿੱਚ ਤਾਂ ਇਹ ਜਿਹੜਾ ਖਤਰਾਗਾ ਉਹ ਲਗਾਤਾਰ ਬਣਿਆ ਹੋਇਆ ਵੀ ਪਾਣੀ ਕਿਤੋਂ ਵੀ ਖਿਸਕ ਸਕਦਾ ਜਿੱਥੇ ਅਸੀਂ ਖੜੇ ਆ ਇੱਥੋਂ ਵੀ ਪਾਣੀ ਜਿਹੜਾ ਉਹ ਲੰਘ ਸਕਦਾ ਕਿਉਂਕਿ ਮਿੱਟੀ ਦੇ ਵਿੱਚੋਂ ਰਸਤਾ ਬਣਾ ਕੇ ਕੱਗਰ ਪੰਜਾਬ ਦੇ ਵਿੱਚ ਐਂਟਰ ਕਰ ਚੁੱਕਿਆ ਤੇ ਤਬਾਹੀ ਕਰਨੀ ਜਿਹੜੀ ਆ ਸ਼ੁਰੂ ਕਰ ਦਿੱਤੀ ਆ ਹੁਣ ਦੇਖਣਾ ਇਹ ਆ ਵੀ ਕਦੋਂ ਸਰਕਾਰ ਅਪੀਲ ਸੁਣਦੀ ਆ ਕਦੋਂ ਸਰਕਾਰ ਇੱਥੇ ਟੀਮਾਂ ਭੇਜਦੀ ਆ ਐਨਡੀਆਰਐਫ ਟੀਮਾਂ ਦੀ ਭੇਜਣ ਦੀ ਜਿਹੜੀ ਮੰਗ ਪਿੰਡ ਵਾਲੇ ਕਰ ਰਹੇ ਨੇ ਤੇ ਕਦੋਂ ਟੀਮਾਂ ਆਉਂਦੀਆਂ ਨੇ ਕਦੋਂ ਇਹਨਾਂ ਲੋਕਾਂ ਦੀ ਹੱਲ ਹੁੰਦੇ ਨੇ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਉਸ ਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਜਾਂਦਾ ਤੇ ਅਗਲੇ ਪਿੰਡਾਂ ਦਾ ਬਚਾਅ ਹੋ ਸਕੇ ਕੈਮਰਾਮੈਨ ਮਨੀਸ਼ ਦੇ ਨਾਲ ਪਰਮਦੀ ਪੁਰਾਣਾ ਨੈਕਸਟ ਪੰਜਾਬ ਮਾਨਸਾ